ਸਤਿ ਸ਼੍ਰੀ ਅਕਾਲ ਜੀ, ਮੈਂ ਵਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ PBK ਚੈਨਲ ਉੱਤੇ। ਪਤੇ ਤੇ ਪੰਜਾਬੀ ਔਨ ਗੋਇੰਗ ਆ ਜੀ, ਆਪਾਂ ਕੰਟੀਨਿਊ ਅੱਗੇ ਵੱਧ ਰਹੇ ਹਾਂ। ਚਾਰ ਚੈਪਟਰ ਜਿਹੜੇ ਨੇ ਆਪਣੇ ਪੂਰੇ ਹੋ ਗਏ ਨੇ, ਅੱਜ ਸ਼ੁਰੂ ਕਰਨ ਲੱਗਿਆ ਪੰਜਵਾਂ ਚੈਪਟਰ ਜਿਹੜਾ ਕਿ ਆ ਸਿਨਿਆਲੇ ਦੀ ਪ੍ਰੈਸੀਡੈਂਸ ਆ। ਐ ਵੀ ਛੋਟਾ ਜਿਹਾ ਹੀ ਆ ਜੀ, ਮੈਨੂੰ ਲੱਗਦਾ ਇਸ ਵੀਕ ਅੰਦਰ ਇਸ ਚੈਪਟਰ ਨੂੰ ਆਪਾਂ ਕੰਪਲੀਟ ਕਰ ਦਾਂਗੇ ਅਸੀਂ ਵੀਕ ਦੇ ਅੰਦਰ ਅੰਦਰ, ਅਤੇ ਸ਼ੁਰੂਆਤ ਕਰਾਂਗੇ ਛੇਵੇਂ ਚੈਪਟਰ ਦੀ। ਥੋੜ੍ਹਾ ਜਿਹਾ ਗਲਾ ਖਰਾਬ ਹੋਣ ਕਰਕੇ ਮੇਰੀ ਆਵਾਜ਼ ਤੁਹਾਨੂੰ ਥੋੜ੍ਹੀ ਜਿਹੀ ਭਾਰੀ ਫੀਲ ਹੋ ਸਕਦੀ ਹੈ, ਉਹਦੇ ਲਈ ਮੈਂ ਮਾਫੀ ਚਾਹਾਂਗਾ। ਤੇ ਜੇਕਰ ਕਿਸੇ ਵੀਰ ਕੋਲ ਨੁਸਖਾ ਹੋਵੇ ਵੀ ਗਲਾ ਕਿਵੇਂ ਠੀਕ ਕਰੀਦਾ ਤੇ ਪਲੀਜ਼ ਨੀਚੇ ਕਮੈਂਟਾਂ ਜ਼ਰੂਰ ਦੱਸਿਓ ਸਾਨੂੰ। ਸੋ ਚਲੋ ਜੀ, ਜ਼ਿਆਦਾ ਸਮਾਂ ਨਾ ਵੇਸਟ ਕਰੀਏ ਤੇ ਸ਼ੁਰੂ ਕਰੀਏ ਅੱਜ ਦਾ ਪੰਜਵਾਂ ਚੈਪਟਰ, ਜਿਹਦਾ ਕਿ ਪਹਿਲਾ ਪਹਿਲਾ ਪੇਜ ਆ ਸੇਨਿਆਲੇ ਦੀ ਦਾਰੇ ਪ੍ਰੈਸੀਡੈਂਸ ਆ ਭਾਗ ਇੱਕ। ਸੋ ਚਲੋ ਜੀ, ਸ਼ੁਰੂਆਤ ਕਰਦੇ ਹਾਂ ਪਹਿਲਾਂ ਟਾਈਟਲ ਨੂੰ ਪੜ੍ਹ ਦਈਏ ਜਿਹੜਾ ਕਿ ਆ ਪੰਜਵੇਂ ਚੈਪਟਰ ਦਾ, ਸੇਨਿਆਲੇ ਦੀ ਪ੍ਰੈਸੀਡੈਂਸ ਆ ਵੀ ਸਾਈਨ ਕਿਹੜੇ ਕਿਹੜੇ ਨੇ ਪੈਲ ਦੇ। ਠੀਕ ਹੈ ਜੀ, ਪ੍ਰੈਸੀਡੈਂਸ ਆ ਵੀ ਕਿਹਨੂੰ ਪੈਲ ਦੇਣੀ ਕਿਹਨੇ ਨਹੀਂ ਦੇਣੀ, ਇਹ ਸਾਰਾ ਆਪਾਂ ਇਸ ਚੈਪਟਰ ਦੇ ਅੰਦਰ ਪੜ੍ਹਾਂਗੇ। ਚਲੋ ਜੀ, ਪਹਿਲੇ ਕੁਸ਼ਚਨ ਨੂੰ ਦੇਖ ਲਈਏ ਆਪਾਂ, ਜਿਹੜਾ ਕਿ ਫੋਟੋ ਆ ਪੁੱਠਾ ਤੀਰ ਬਣਿਆ ਹੋਇਆ। ਇਹਦਾ ਮਤਲਬ ਹੁੰਦਾ ਵੀ ਤੁਹਾਨੂੰ ਪਹਿਲ ਦੇਣੀ ਪੈਣੀ ਹੈ। ਇਹ ਤੁਹਾਨੂੰ ਸਪੈਸ਼ਲੀ ਉੱਥੇ ਦੇਖ ਸਕਦਾ ਜਿੱਥੇ ਕਿ ਇੱਕ ਇੰਕਰੋਚ ਹੋਵੇ, ਇੱਕ ਚੌਂਕ ਹੋਵੇ, ਉੱਥੇ ਤੁਹਾਨੂੰ ਇਹ ਪਨੈਲੋ ਦੇਖ ਸਕਦੀ ਵੀ ਤੁਹਾਨੂੰ ਪਹਿਲ ਦੇਣੀ ਪੈਣੀ ਜਿਹੜੀ ਸਾਹਮਣੇ ਗੱਡੀ ਆਉਣ ਦੀ ਹੈ। ਠੀਕ ਹੈ ਜੀ, ਸੋ ਸ਼ੁਰੂਆਤ ਕਰਦੇ ਹਾਂ ਹੁਣ ਪਹਿਲੇ ਕੁਸ਼ਚਨ ਤੋਂ। ਪਹਿਲਾ ਕੁਸ਼ਚਨ ਜੀ, ਇਲ ਸਿਨਿਆਲੇ ਦਾ ਫਿਗਰ ਆ ਤੋਂ ਹੁਣ ਸਿਨਿਆਲੇ ਦੀ ਪ੍ਰੈਸੀਡੈਂਸ ਆ ਵੀ ਜਿਹੜਾ ਇਹ ਨਿਸ਼ਾਨ ਹੈ, ਜਿਹੜਾ ਸਿਨਿਆਲੇ ਆ ਫੋਟੋ ਦਿਖਾਇਆ ਗਿਆ, ਇਹ ਪ੍ਰੈਸੀਡੈਂਸਾਂ ਦਾ ਨਿਸ਼ਾਨ ਹੈ, ਪਹਿਲ ਦਾ ਨਿਸ਼ਾਨ ਵੀ ਪਹਿਲ ਦੇਣੀ ਪੈਣੀ। ਠੀਕ ਹੈ ਜੀ, ਵੇਰੋ ਇਲ ਸਿਨਿਆਲੇ ਦਾ ਫਿਗਰ ਆ ਤੋਂ ਓਬਲੀਗਾ ਅਦਾਰੇ ਪ੍ਰੈਸੀਡੈਂਸਾ ਆਈ ਵੀ ਕੋਲੀ ਪ੍ਰੋਵੀਨੀਐਂਟੀ ਸੀ ਆ ਦਾ ਦਸਤਰਾ ਕੇ ਦਾ ਸਿਨਿਸਤਰਾ। ਕਹਿੰਦਾ ਜੀ ਜ਼ਰੂਰੀ ਆ ਪਹਿਲ ਦੇਣਾ, ਅਦਾਰੇ ਪ੍ਰੈਸੀਡੈਂਸਾ ਪਹਿਲ ਦੇਣਾ ਗੱਡੀਆਂ ਨੂੰ ਜਿਹੜੀ ਆਉਣ ਡੀਆਂ ਨੇ ਸੱਜੇ ਪਾਸਿਓਂ ਤੇ ਖੱਬੇ ਪਾਸਿਓਂ। ਵੇਰੋ ਇਲ ਸਿਨਿਆਲੇ ਦਾ ਫਿਗੁਰਾ ਤੋਂ ਕੰਪੋਰਤਾ ਦੇ ਦਾਰੇ ਪ੍ਰੈਸੀਡੈਂਸਾ ਆਈ ਵੀ ਕੋਲੀ ਕੇ ਚਿਰਕੋਲਾਨੋ ਸੁਲਾ ਸਤਰਾਦਾ ਕੇ ਸਿੰਕਰੋਚਾ। ਕਹਿੰਦਾ ਜੀ ਇਲ ਸਿਨਿਆਲੇ ਦਾ ਫਿਗੁਰਾ ਤੋਂ ਜਿਹੜਾ ਸਿਨਿਆਲੇ ਦਿਖਾਇਆ ਗਿਆ ਕੰਪੋਰਤਾ ਦੇ ਦਾਰੇ ਪ੍ਰੈਸੀਡੈਂਸਾ ਵੀ ਆਪਾਂ ਨੂੰ ਪਹਿਲ ਦੇਣੀ ਪੈਣੀ ਹੈ ਗੱਡੀਆਂ ਨੂੰ ਕੇ ਚਿਰਕੋਲਾਨੋ ਜਿਹੜੀਆਂ ਕਿ ਚਲਦੀਆਂ ਪਈਆਂ ਨੇ, ਆਵਾਜਾਈ ਕਰਦੀਆਂ ਪਈਆਂ ਨੇ ਸੜਕ ਤੇ ਕੇ ਸਿੰਕਰੋਚਾ ਚੁਰਾਹੇ ਦੇ। ਕਹਿੰਦਾ ਜੀ ਇੱਕ ਸੜਕ ਹੈ ਜਿਹਦੇ ਤੇ ਇੰਕਰੋਚੋ ਆ, ਜੇ ਤਾਂ ਚੁਰਾਹਾ ਆ, ਉੱਥੇ ਜਿਹੜੀ ਗੱਡੀਆਂ ਆਵਾਜਾਈ ਕਰਦੀਆਂ ਪਈਆਂ ਨੇ ਉਹਨਾਂ ਨੂੰ ਆਪਾਂ ਨੂੰ ਪਹਿਲ ਦੇਣੀ ਪੈਣੀ। ਠੀਕ ਹੈ ਜੀ, ਵੇਰੋ ਇਲ ਸਿਨਿਆਲੇ ਦਾ ਫਿਗੁਰਾ ਤੋਂ ਵੀ ਇਹਨੇ ਪੋਸਤੋ ਸੁਸਤਰਾ ਦਾ ਸੇਖ ਹੁੰਦਾਰੀ ਆ ਕਿ ਨੋ ਨਾਇਲ ਦ੍ਰਿਤੋ ਦੀ ਪ੍ਰੈਸੀਡੈਂਸਾ। ਕਹਿੰਦਾ ਜੀ ਜਿਹੜਾ ਪਰੈਲੋ ਏ ਵੀ ਇਹਨੇ ਪੋਸਤੋ ਵੀ ਲੱਗੀ ਹੋ ਸਕਦੀ ਹੈ ਸੁਸਤਰਾ ਦਾ ਸੜਕ ਤੇ ਸਿਕੁੰਦਾਰੀਆ ਕਿ ਨੋ ਨਾਇਲ ਦ੍ਰਿਤੋ ਦੀ ਪ੍ਰੈਸੀਡੈਂਸਾ ਕਿ ਤੁਹਾਡੇ ਕੋਲ ਪ੍ਰੈਸੀਡੈਂਸਾ ਨਹੀਂ ਹੈਗਾ, ਤੁਹਾਡੇ ਕੋਲ ਹੱਕ ਨਹੀਂ ਹੈਗਾ ਪੈਲ ਕਰਨ ਦਾ, ਦੂਸਰੇ ਕੋਲ ਹੱਕ ਹੈ ਦ੍ਰਿਤੋ ਹੱਕ ਪ੍ਰੈਸੀਡੈਂਸਾ ਪੈਲ। ਵੇਰੋ ਇਲ ਸਿਨਿਆਲੇ ਦਾ ਫਿਗੁਰਾ ਤੋਂ ਸਿਤਰੋਵਾ ਸੁਲੇ ਕੋਰਸੀ ਹੈ ਜੇ ਚਲੇ ਰਸਿਓ ਨੇ ਪੈਰ ਇਮਿਸਿਓ ਨੇ ਇਨ ਆਉਤੋ ਸਰਾਦਾ। ਕਹਿੰਦਾ ਜੀ ਜਿਹੜੀ ਆ ਪੈਨਲ ਹੋਏ ਲੱਭ ਸਕਦੀ ਹੈ ਕੋਰਸੀ ਦੇ ਚਲੇ ਰਸਿਓ ਨੇ, ਤੁਹਾਨੂੰ ਪਤਾ ਹੀ ਜਿੱਦਾਂ ਕੀ ਹੁੰਦਾ ਪੈਰ ਇਮਿਸਿਓ ਨੇ ਇਨ ਆਉਤੋ ਸਰਾਦਾ ਵੀ ਆਉਤੋ ਸਰਾਦਾ ਵਿੱਚ ਐਂਟਰ ਕਰਨ ਲਈ ਤੁਹਾਨੂੰ ਇਹ ਕੋਰਸੀ ਦੇ ਉੱਤੇ ਲੱਗੀ ਹੋ ਸਕਦੀ ਮਿਲ ਸਕਦੀ ਹੈ। ਠੀਕ ਹੈ ਜੀ, ਕੋਰਸੀ ਦੇ ਚਲੇ ਰਸਿਓ ਨੇ ਕੀ ਹੁੰਦਾ ਵੀ ਤੁਸੀਂ ਸਪੀਡ ਦੇ ਕੇ ਅੰਦਰਲੇ ਰੋਡ ਵਿੱਚ ਵੜਨਾ ਹੁੰਦਾ, ਪਰ ਐਵੇਂ ਤੁਸੀਂ ਵੜ ਨਹੀਂ ਸਕਦੇ, ਤੁਹਾਨੂੰ ਪਹਿਲ ਦੇਣੀ ਪੈਣੀ ਉਸ ਕੁਰਸੀ ਵਿੱਚ ਚੱਲਦੇ ਪਏ ਉਹਨਾਂ ਨੂੰ, ਤੁਹਾਨੂੰ ਪਹਿਲ ਦੇਣੀ ਪੈਣੀ ਤਾਂ ਹੀ ਤੁਸੀਂ ਅੰਦਰ ਵੜ ਸਕਦੇ ਹੋ ਉਸ ਰਸਤੇ ਵਿੱਚ, ਐਵੇਂ ਨਹੀਂ। ਠੀਕ ਹੈ ਜੀ, ਵਧਦੇ ਨੇ ਅਗਲੇ ਕੁਸ਼ਚਨ ਨਾਲ। ਇਲ ਸਿਨਿਆਲੇ ਦਾ ਫਿਗਰਾ ਤੋਂ ਸੁਸਤਰਾ ਦੇਖ ਤਰਬਾ ਨੇ ਇਹ ਪ੍ਰੈਚੇਦੂ ਤੋਂ ਦਿਲ ਸਿਨਿਆਲੇ ਪ੍ਰਿਆਵੀਜ਼ੋ ਦੀ ਦਾਰੇ ਪ੍ਰੈਚੇਦੈਂਸਾ। ਪ੍ਰੈਚੇਦੂ ਤੋਂ ਵੀ ਪਹਿਲਾਂ ਆ ਸਕਦਾ ਸਿਨਿਆਲੇ ਜਿਹੜਾ ਸਾਈਨ ਨੇ ਪ੍ਰਿਆਵੀਜ਼ੋ ਦੀ ਦਾਰੇ ਪ੍ਰੈਚੇਦੈਂਸਾ। ਹੁਣ ਇੱਥੇ ਧਿਆਨ ਨਾਲ ਵੇਖੋ ਜੀ, ਸਾਰੇ ਅਕਸ਼ਰ ਵੱਡੇ ਨੇ, ਇਹਦਾ ਮਤਲਬ ਕਿ ਕਿਸੇ ਪਨੈਲੋ ਨੂੰ ਇੰਡੀਕੇਟ ਕਰਦਾ ਪਿਆ। ਠੀਕ ਹੈ ਜੀ, ਸੋ ਆਪਾਂ ਵੇਖ ਲੈਂਦੇ ਹਾਂ ਕਿਹੜੀ ਪਨੈਲੋ ਜਿਹੜੀ ਆ ਪ੍ਰਿਆਵੀਜ਼ੋ ਦੀ ਦਾਰੇ ਪ੍ਰੈਚੇਦੈਂਸਾ। ਇਨਸ਼ੋਰ ਜੀ ਇਹ ਸੇਮ ਹੀ ਪਨੈਲੋ ਇੱਦਾਂ ਦੀ ਆ, ਬਸ ਇਹਦੇ ਉੱਤੇ ਜਿਹੜੇ ਆ ਤਿਲ ਫੱਟੀ ਲੱਗੀ ਨੇ ਵੀ ਕਿੰਨੇ ਮੀਟਰ ਦੂਰ ਆ ਪ੍ਰਿਆਵੀਜ਼ੋ ਦੀ ਦਾਰੇ ਪ੍ਰੈਚੇਦੈਂਸਾ, ਮਤਲਬ ਜਿਹੜੀ ਇਹਦੇ 'ਤੇ ਫੱਟੀ ਲੱਗੀ ਹੈ ਪਹਿਲਾਂ ਹੀ ਆ ਜਾਏਗੀ, ਤੁਹਾਨੂੰ ਮਿਲ ਜਾਏਗੀ ਵੀ ਤੁਹਾਨੂੰ ਅੱਗੇ ਪਹਿਲ ਦੇਣੀ ਪੈਣੀ। ਠੀਕ ਹੈ ਜੀ, ਕਹਿੰਦਾ ਸਤਰਾ ਦੇ ਸਰੂਬਾਨੇ 'ਤੇ ਤੁਹਾਨੂੰ ਇਹ ਪਹਿਲਾਂ ਹੀ ਤੁਹਾਨੂੰ ਇਹ ਪਨੈਲੋ ਮਿਲ ਜਾਏਗੀ ਜਿਹਦੇ ਤੁਹਾਨੂੰ ਪਹਿਲ ਦੇਣੀ ਪੈ ਸਕਦੀ ਹੈ ਸਤਰਾ ਦੇ ਸਰੂਬਾਨੇ ਦੀ ਗੱਲ ਕੀਤੀ ਗਈ। ਠੀਕ ਹੈ ਜੀ, ਇਸ ਕਰਕੇ ਵੇਰਵਾ ਇਲ ਸਿਨਿਆਲੇ ਦਾ ਫਿਗੁਰਾ ਤੋਂ ਪ੍ਰਣੁੰਚਾ ਦੀ ਮੁਦਰਾਰੇ ਪਰਟੀਕੁਲਰਮੈਂਟੇ ਦਾ ਵਿਲੋਚਿਤਾ ਅਲਾ ਕੋਰੈਂਸਾ ਫਿਰ ਮਾਰਸੀ। ਕਹਿੰਦਾ ਜੀ ਘੱਟ ਕਰਨੀ ਪੈਣੀ, ਸੈੱਟ ਕਰਨੀ ਪੈਣੀ ਆਪਣੀ ਸਪੀਡ ਨੂੰ ਅਲਾ ਕੋਰੈਂਸਾ ਫਿਰ ਮਾਰਸੀ, ਵੀ ਜੇਕਰ ਲੋੜ ਪਵੇ ਤਾਂ ਰੁਕਣਾ ਵੀ ਚਾਹੀਦਾ। ਠੀਕ ਹੈ ਜੀ, ਵੇਰੋ ਇਨ ਪ੍ਰੈਜੈਂਸਾ ਦਿਲ ਸਿਨਿਆਲੇ ਦਾ ਫਿਗੁਰਾ ਤੋਂ ਨੋ ਨੋ ਕੋਰੇ ਫਿਰ ਮਾਰਸੀ ਅਲ ਇੰਕਰੋਚੋ ਸੇ ਰਲਿੰਤਾਂਦੋ ਸੀਆ ਮੋਦੋ ਦੀ ਮਿਦੇਰੇ ਕੇ ਨੋ ਵੀ ਸੋਨੋ ਵੀ ਕੁਲੀ ਇਨ ਅਰੀਵੋ ਸੀਆ ਦਾ ਦਸਤਰਾ ਕੇ ਦਸ ਤੀਸਰਾ। ਹੁਣ ਇੱਥੇ ਉਹ ਕੀ ਕਹਿੰਦਾ ਪਿਆ ਜੀ, ਨੋਨ ਓਕੋਰੇ ਫਿਰ ਮਾਰਸੀ ਵੀ ਰੁਕਣਾ ਨਹੀਂ ਚਾਹੀਦਾ, ਅਲਾ ਇੰਕਰੋਚੋ ਚੁਰਾਹੇ ਤੇ ਸੇ ਰਲਿੰਤਾਂਦੋ ਵੀ ਜੇਕਰ ਹੌਲੀ ਹੁੰਦੇ ਹੋਏ ਸੀਆ ਮੋਦੋ ਦੀ ਵਿਦੇਰੇ ਕਿ ਜੇਕਰ ਤੁਸੀਂ ਇਸ ਸਿਚੁਏਸ਼ਨ 'ਚ ਆ ਕੇ ਵੀ ਤੁਸੀਂ ਦੇਖ ਸਕਦੇ ਹੋ ਹੌਲੀ ਹੋਣ ਤੇ ਕਿ ਨੋਨ ਵੀ ਸੋ ਨੋ ਵੀ ਕੋਲੀ ਵੀ ਜੇਕਰ ਉੱਥੇ ਗੱਡੀਆਂ ਨਹੀਂ ਹੈਗੀਆਂ ਤੁਹਾਡੇ ਸੱਜੇ ਪਾਸਿਓਂ ਅਤੇ ਖੱਬੇ ਪਾਸਿਓਂ। ਇਨਸ਼ੋਰਟ ਜੀ ਉਹ ਕੀ ਕਹਿੰਦਾ ਵੀ ਰੁਕਣ ਦੀ ਲੋੜ ਨਹੀਂ ਹੈਗੀ, ਜੇਕਰ ਹੌਲੀ ਹੋ ਕੇ ਤੁਸੀਂ ਦੇਖ ਸਕਦੇ ਹੋ ਵੀ ਜੇਕਰ ਤੁਹਾਡੇ ਸੱਜੇ ਪਾਸੇ ਅਤੇ ਖੱਬੇ ਪਾਸੇ ਕੋਈ ਗੱਡੀ ਨਹੀਂ ਆਉਂਦੀ ਤਾਂ ਤੁਸੀਂ ਉੱਥੋਂ ਨਿਕਲ ਸਕਦੇ ਹੋ ਬਿਨਾਂ ਰੁਕੇ। ਫਿਰ ਉਹ ਵਧਿਆ ਜੀ ਅਗਲੇ ਕੁਸ਼ਚਨ ਨਾਲ।
Il segnale raffigurato può essere preceduto dal segnale dritto di precedenza. Vedeksharame cha matlab ki isi panel nu indicate kita unne. So ke jithe ho es panel di gal karda pae dritto di precedenza. Bhi matlab ki jithe apne lo aaye to hamesha tode kol hi pehl hundi hai. So vadde ya ni pichle question nal kidhar gaye? Okay, aa rahe. So itthe ho ke kehna mai ji po essere preceduto. Bhi pehla aa sakdi hai es panel to e wali panel. Falso. Vadde age il segnale raffigurato è impiegato su strade che godono del dritto di precedenza. Kenda ji impiegato su strade, bhi sadak te laga ho sakda hai. Godono matlab ke ji anand lena del dritto di precedenza. Kenda matlab ji hak jada na pair da oda tusi anand maan sakde ho, ode tusi nazare lut sakde ho. Falso, kyunki apne kol te hak hai hi nahi precedenza wala, so hai falso ho gaya. Il segnale raffigurato è posto di norma 150 metri prima dell'incrocio. Kenda ji laga hoega 150 meter pehla chauraha to. Nahi ji, ਇਹ ਪਨੈਲ ਆਪਾਂ ਨੂੰ ਉੱਤੇ ਚੁਰਾਹੇ ਤੇ ਹੀ ਮਿਲਦੀ ਹੈ। ਇੱਕ ਦੂਸਰੀ ਪਨੈਲ ਹੁੰਦੀ ਜਿਹੜੀ ਆਪਾਂ ਪਹਿਲਾਂ ਵੇਖ ਕੇ ਹਟੇ ਆ, ਜਿਹਦੇ 320 ਮੀਟਰ ਲਿਖਿਆ, ਉਹ ਸਿਰਫ ਦੱਸਦੀ ਵੀ ਇੰਨੇ ਮੀਟਰ ਪਹਿਲਾਂ ਆਪਾਂ ਨੂੰ ਇਹ ਪਨੈਲ ਮਿਲ ਸਕਦੀ ਹੈ। ਪਰ ਉਹ ਹੋਰ ਚੀਜ਼ ਹੈ, ਉਹਦੇ ਵਿੱਚ ਜਿਹੜੀ ਆਪਾਂ ਜਿਹਦੀ ਆ ਕੁਛ ਨੇ ਆਪਾਂ ਗੱਲ ਕਰਨੇ ਵੇਂ ਇਹਦੇ ਚ ਇਹ ਵਾਲੀ ਪਨੈਲ ਦਿਖਾਈਗੀ, ਸੋ ਆਪਾਂ ਇਹਦੀ ਹੀ ਗੱਲ ਕਰਾਂਗੇ। ਓਕੇ ਜੀ, ਵਧਿਆ ਅਗਲੇ ਕੁਐਸਚਨ ਨਾਲ। ਇਲ ਸਿਨਾਰੀਓ ਰਫਿਗੁਰਾਤੋ ਲੁੰਗੋ ਲੇ ਆਟੋਸਟਰਾਦਾ ਵੀਨੇ ਪੋਸਟੋ ਆ ਡਿਸਟਾਂਸਾ ਮਜੋਰੇ ਦੀ 150 ਮੀਟਰ। ਲੁੰਗੋ ਲੇ ਆਟੋਸਟਰਾਦਾ ਵੀ ਆਟੋਸਟਰਾਦਾ ਦੇ ਨਾਲ ਨਾਲ ਵੀਨੇ ਪੋਸਟੋ ਲੱਗਾ ਹੋਏਗਾ। डिस्टेंस 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 मजोरे ज्यादा 150 मीटर भी 150 मीटर ज्यादा दे डिस्टेंस ते लगी होएगी ऑटोस्ट्राडा दे नाल नाल। इल सिनेरियो दा फिगुरातो ओब्लिगा फिरमारसी प्रीमा दी इंपिनियर इंक्रोचो। कहिंदा जी जरूरी आ रुकना पहला इंपिनियर मतलब बिजी करना इंक्रोचो नु, मतलब के इंक्रोचो ते आन तो पहला जरूरी है रुकना। ਤੇ ਆਪਾਂ ਉੱਤੇ ਪੜ੍ਹ ਕੇ ਹਟੇ ਆ ਵੀ ਰੁਕਣਾ ਜ਼ਰੂਰੀ ਨਹੀਂ ਹੈਗਾ, ਜੇਕਰ ਤੁਸੀਂ ਹੌਲੀ ਕਰਕੇ ਵੀ ਵੇਖ ਸਕਦੇ ਵੀ ਕੋਈ ਆ ਨਹੀਂ ਜਾਂਦੇ, ਤੁਸੀਂ ਨਿਕਲ ਸਕਦੇ ਹੋ, ਇਸ ਕਰਕੇ ਫਾਲਸੋ। ਇਸ ਸਿਨੇਰੀਓ ਦਾ ਫਿਗਰਾ ਤੁਸੀਂ ਤਰੋਵਾ ਸੋਲੋ ਸੂ ਸਟਰਾਦੇ ਉਰਬਾਨੇ। ਕਹਿੰਦਾ ਜੀ ਪਿੰਡਾਂ ਵਿੱਚ ਮਿਲਦਾ, ਸਿਰਫ ਪਿੰਡਾਂ ਵਾਲੀ ਸੜਕਾਂ ਤੇ ਹੀ ਮਿਲੇਗਾ। ਨਹੀਂ ਜੀ, ਸੋਲੋ ਆ ਗਿਆ ਅਤੇ ਧਿਆਨ ਡਬਲ ਤੇ ਇਹ ਫਾਲਸੋ। ਇਸ ਸਿਨੇਰੀਓ ਦਾ ਫਿਗਰਾ ਤੇ ਹੁਣ ਸਿਨੇਰੀਓ ਦੀ ਜੇਨੇਰਿਕੋ ਦੀ ਪੇਰੀਕੋਲੋ। ਕਹਿੰਦਾ ਜੀ ਇਹ ਸਿਨੇਰੀਓ ਜਿਹੜਾ ਹੈ ਖਤਰੇ ਦਾ ਨਿਸ਼ਾਨ ਹੈ। ਫਾਲਸੋ। In presenza del segnale da figurato è obbligatorio dare precedenza a sinistra solo ai tram e ai veicoli in servizio di emergenza. Kenda ji jithe apne lo tuhanu mil jaye utthe zaruri hai pehl dena khabbe hath nu sirf trams nu te jehdi gaddiyan servizio emergency vich hunde jivein ki ambulance police waliyan, kenda sirf unhan nu hi pehl deni hor kise nu nahi deni. Solo aa gaya dhyan double te eh falso. 225 complete ji, vadhya 226 number page te ਲੰਮੇ ਲੰਮੇ ਪੇਜ ਆ, ਖੈਰ ਆ ਕਰ ਲਾਂਗੇ ਆਪਾਂ। ਵਧਿਆ ਪਹਿਲੇ ਕੁਐਸਚਨ ਨਾਲ ਸੇਮ ਹੋਈ ਆ, ਸਿਰਫ ਭਾਗ ਦੂਜਾ ਇਹਦਾ। ਵਧਿਆ ਪਹਿਲੇ ਕੁਐਸਚਨ ਨਾਲ ਇਲ ਸਿਨੇਰੀਓ ਦਾ ਫਿਗਰ ਆਉਂਦਾ ਹੈ ਉਸ ਸਿਨੇਰੀਓ ਦੀ ਪ੍ਰਿਸਕ੍ਰਿਪਸ਼ਨ ਨੇ। ਕਹਿੰਦਾ ਜੀ ਪਾਬੰਦੀ ਵਾਲਾ ਨਿਸ਼ਾਨਾ। ਹਾਂਜੀ ਵੇਰੋ, ਇਹ ਪਾਬੰਦੀ ਵਾਲਾ ਹੀ ਨਿਸ਼ਾਨਾ, ਪਾਬੰਦੀ ਹੈਗੀ ਤੁਹਾਡੇ ਤੇ ਵੀ ਹੌਲੀ ਤੇ ਆਪਾਂ ਨੂੰ ਹੋਣਾ ਪੈਣਾ ਹੀ ਹੈ ਤੇ ਜੇਕਰ ਲੋਡ ਪਏ ਤਾਂ ਆਪਾਂ ਨੂੰ ਰੁਕਣਾ ਵੀ ਪੈਣਾ। ਸੋ ਇਹ ਵੇਰੋ ਆ ਜੀ। ਵਧਿਆ ਅੱਗੇ ਇਲ ਸਿਨੇਰੀਓ ਦਾ ਫਿਗਰ ਆਉਂਦਾ ਓਬਲੀਗਾ ਦਾਰੇ ਪ੍ਰੈਜੈਂਸ ਆਈ ਵੀ ਕੋਲੀ ਕੇ ਚਿਰਕੋਲਾਨੋ ਸੁਲਾ ਸਟਰਾਦਾ ਸੁ ਕੁਈ ਚੀ ਸੀ ਮੈਤੇ। ਕਹਿੰਦੇ ਜ਼ਰੂਰੀ ਆ ਪਹਿਲ ਦੇਣਾ, ਤਾਰੇ ਪ੍ਰੈਜੀਡੈਂਸਾ ਪਹਿਲ ਦੇਣਾ ਗੱਡੀਆਂ ਨੂੰ ਕਿ ਚਿਰਕੁਲਾਨੋ ਜਿਹੜੀ ਕਿ ਆਵਾਜਾਈ ਕਰਦੀਆਂ ਪਈਆਂ ਨੇ ਸੜਕ ਤੇ। ਸੁਕੁਈ ਚੀ ਸੀ ਮੈਤੇ ਮਤਲਬ ਕਿ ਜਿੱਥੋਂ ਤੁਸੀਂ ਦਾਖਲ ਹੋਣ ਰਹੇ ਹੋ ਉੱਥੇ ਤੁਹਾਨੂੰ ਪਹਿਲ ਦੇਣੀ ਪੈਣੀ ਦੂਸਰੀ ਗੱਡੀਆਂ ਨੂੰ ਜਿਹੜੀਆਂ ਕਿ ਸੜਕ ਉੱਤੇ ਆਵਾਜਾਈ ਕਰਦੀਆਂ ਪਈਆਂ ਨੇ। ਵੇਰੋ, ਲਾ ਪ੍ਰੈਸਕ੍ਰਿਪਸ਼ਨ ਦਲ ਸਿਨੇਰੀਓ ਦਾ ਫਿਗਰਾਤੋ ਸੀ ਅੰਬਿਨਾਤੋ ਅਦ ਉਨ ਸੇਮਾਫਰੋ ਵਾਲੇ ਕੁਆਂਦੋ ਇਲ ਸੇਮਾਫਰੋ ਫੁਨਸੀਓਨਾ ਅਲੂਚੇ ਜਾਲਾ ਲੰਪੇ ਜਾਂਤੇ। ਹੁਣ ਇਸ ਕੁਐਸਚਨ ਨੂੰ ਥੋੜਾ ਧਿਆਨ ਨਾਲ ਜੀ। ਕਹਿੰਦਾ ਲਾ ਪ੍ਰੈਸਕ੍ਰਿਪਸ਼ਨ ਹੈ ਵੀ ਪਾਬੰਦੀ ਦਲ ਸਿਨੇਰੀਓ ਦਾ ਫਿਗਰਾਤੋ ਜਿਹੜਾ ਸਿਨੇਰੀਓ ਦਿਖਾਇਆ ਗਿਆ ਜਿਹੜੀ ਪਾਬੰਦੀ ਆ ਸੇ ਅੰਬਿਨਾਤੋ ਅਦੁਨ ਸੇਮਾਫਰੋ ਮਤਲਬ ਕਿ ਜੇਕਰ ਲੱਗਾ ਹੋਵੇ ਇੱਕ ਸੇਮਾਫਰੋ ਤੇ, ਇੱਕ ਲਾਈਟਾਂ ਵਾਲੀਆਂ ਤੇ, ਇੱਕ ਟ੍ਰੈਫਿਕ ਲਾਈਟ ਤੇ, ਵਾਲੇ ਕੁਆਂਦੋ ਵੈਲਿਡ ਹੋਏਗਾ ਜਦੋਂ ਇਲ ਸੇਮਾਫਰੋ ਫੁਨਸੀਓਨਾ ਅਲੂਚੇ ਜਾਲਾ ਲੰਪੇ ਜਾਂਦੇ। ਮਤਲਬ ਜਿਹੜੀ ਸੇਮਾਫਰੋ ਨੇ ਟ੍ਰੈਫਿਕ ਲਾਈਟ ਆ ਉਹਦੇ ਤੇ ਜੇਕਰ ਪੈਨਲ ਲੱਗੀ ਹੋਵੇ ਤੇ ਜੇਕਰ ਉਹਦਾ ਪੀਲਾ ਲਾਟੂ ਜਿਹੜਾ ਗਿਆ ਜਗਦਾ ਬੁਝਦਾ ਹੋਵੇ ਲੰਪੇ ਜਾਂਦੇ ਹੋਵੇ ਤੇ ਫਿਰ ਇਹ ਵਾਲੀ ਜਿਹੜੀ ਪੈਨਲ ਹੋਵੇ ਲਾਗੂ ਹੋ ਜਾਂਦੀ ਹੈ ਉੱਥੇ। ਠੀਕ ਹੈ ਜੀ, ਵਾਲੇ ਕੁਆਂਦੋ ਵੀ ਅਪ੍ਰੈਲ ਨੂੰ ਲਾਗੂ ਹੋ ਜਾਂਦੀ ਹੈ, ਵੈਲਿਡ ਹੋ ਜਾਂਦੀ ਹੈ। ਵੇਰੋ, ਧਿਆਨ ਨਾਲ ਰੱਖਿਓ ਜੀ, ਇਹ ਕੁਐਸਚਨ ਥੋੜ੍ਹਾ ਜਿਹਾ ਟਿਪੀਕਲ ਜਾ, ਥੋੜ੍ਹਾ ਜਿਹਾ ਔਖਾ ਜਿਹਾ ਹਟ ਕੇ ਆ ਸਾਰੇ ਕੁਐਸਚਨ ਨਾਲੋਂ, ਇਸ ਕਰਕੇ ਥੋੜ੍ਹਾ ਧਿਆਨ ਜਿਹਾ ਰੱਖਿਓ ਆਪਣਾ। ਇਲ ਸਿਨੇਰੀਓ ਦਾ ਫਿਗਰਾ ਤੋਂ ਸਿੱਤਰੋ ਵਸੁਲੇ ਰਾਮਪੇ ਦੀ ਰਕੋਰਦੋ ਪਰਮਿਸਿਓਨੇ ਇਨ ਆਟੋਸਟਰਾਦਾ। ਕਹਿੰਦਾ ਜਿਹੜਾ ਨਿਸ਼ਾਨ ਦਿਖਾਇਆ ਗਿਆ ਸਿੱਤਰੋ ਵਾ ਲੱਭੇਗਾ ਰੈਂਪ ਉੱਤੇ ਜਿਹੜੇ ਕਿ ਨਾਲ ਜੁੜੇ ਹੁੰਦੇ ਨੇ, ਰਕੋਰਦੋ ਨਾਲ ਜੁੜੇ ਹੁੰਦੇ ਨੇ ਪਰਮਿਸਿਓਨੇ ਐਂਟਰੀ ਕਰਨ ਵਾਲੇ ਆਟੋਸਟਰਾਦਾ ਤੇ। ਕਹਿੰਦਾ ਨੂੰ ਲੱਭ ਸਕਦਾ ਰੈਂਪ ਉੱਤੇ ਜਿਹੜਾ ਕਿ ਨਾਲ ਜੁੜਿਆ ਹੁੰਦਾ ਹੈ ਆਟੋਸਟਰਾਦਾ ਵਿੱਚ ਐਂਟਰੀ ਕਰਨ ਲਈ। ਵੇਰੋ, ਇਲ ਸਿਨੇਰੀਓ ਦਾ ਫਿਗਰਾ ਤੋਂ ਇੰਪੋਨ ਲੂਜ਼ੋ ਦੇਲਾ ਮਾਸਿਮਾ ਪ੍ਰੂਡੈਂਸਾ ਅਲਫੀਨੇ ਦੀ ਅਵਿਤਾਰ ਇੰਚੀਡੈਂਟੀ। ਕਹਿੰਦਾ ਜੀ ਹੁਕਮ ਦਿੰਦਾ ਹੈ ਯੂਜ਼ ਕਰੋ, ਵਰਤੋ ਮੈਕਸੀਮਮ ਜ਼ਿਆਦਾ ਤੋਂ ਜ਼ਿਆਦਾ ਸਾਵਧਾਨੀ ਨੂੰ ਅਲਫੀਨੇ ਦੀ ਅਵਿਤਾਰ ਇੰਚੀਡੈਂਟੀ।
ਕਹਿੰਦਾ ਜੀ ਐਕਸੀਡੈਂਟ ਤੋਂ ਬਚਣ ਬਦਲੇ ਜ਼ਿਆਦਾ ਤੋਂ ਜ਼ਿਆਦਾ ਆਪਣੀ ਸਾਵਧਾਨੀ ਵਰਤੋ। ਫੇਰ ਉੱਦੇ ਅੱਗੇ ਜਲ ਸੇਨਾ ਦਾ ਫਿਗੁਰਾ ਤੋਂ ਪੋ ਐਸਰੇ ਪ੍ਰਚਦੂ ਤੋਂ ਦਲ ਪ੍ਰਿਆ ਵੀ ਜ਼ੋਦੀ ਫਿਰ ਮਾਰਸੀ ਆਧਾਰ ਪ੍ਰਚਦਿਨ ਸਾਹਿਬ। ਕਹਿੰਦਾ ਜੀ ਹੋ ਸਕਦਾ ਹੈ ਪਹਿਲਾਂ ਆਵੇ ਪ੍ਰਿਆ ਵੀ ਜ਼ੋਦੀ ਫਿਰ ਮਾਰਸੀ ਆਧਾਰ ਪ੍ਰਚਦਿਨ ਸਾਹਿਬ ਦੀ ਪਨੈਲੋ ਤੋਂ। ਬਟ ਡਿਕਸ਼ਨ ਦਾ ਮਤਲਬ ਕਿਸੇ ਪਨੈਲੋ ਦੀ ਗੱਲ ਹੋਈ ਹੈ, ਦੇਖ ਲੈਂਦੇ ਹਾਂ ਕਿਹੜੀ ਆ। ਓਕੇ ਜੀ, ਇਹ ਵਾਲੀ ਪਨੈਲੋ ਆ ਜੀ, ਫਿਰ ਮਾਰਸੀ ਆਧਾਰ ਪ੍ਰਚਦਿਨ ਸਾਹਿਬ, ਇਹਦੀ ਗੱਲ ਕਰਦਾ ਪਿਆ ਆਪਾਂ ਹੁਣੇ ਪੜਾਂਗੇ। ਸੋ ਮਤਲਬ ਕਿ ਜੀ ਇਹਦਾ ਕਹਿਣ ਦਾ ਕਿ ਹੋ ਸਕਦਾ ਹੈ ਵੀ ਇਹ ਪਨੈਲੋ ਉਸ ਪਨੈਲੋ ਤੋਂ ਪਹਿਲਾਂ ਲੱਗੀ ਹੋਵੇ। ਫਾਲਸੋ, ਇੱਦਾਂ ਨਹੀਂ ਹੋਏਗਾ ਜੀ, ਕਿਉਂਕਿ ਜੀ ਉਹ ਵਾਲੀ ਪਨੈਲੋ ਕਹਿੰਦੀ ਵੀ ਰੁਕੋ, ਜਿਵੇਂ ਕਿਤੇ ਲਿਖਿਆ ਪ੍ਰਿਆ ਵੀ ਜ਼ੋਦੀ ਫਿਰ ਮਾਰਸੀ ਆਧਾਰ ਪ੍ਰਚਦਿਨ ਸਾਹਿਬ, ਵੀ ਰੁਕੋ ਤੇ ਪਹਿਲ ਦਵੋ। ਪਰ ਜਿਹੜੀ ਇਹ ਵਾਲੀ ਪਨੈਲੋ ਹੈ ਕਹਿੰਦੀ ਜੀ ਹੋ ਸਕੇ ਤੇ ਰੁਕੋ ਤੇ ਪਹਿਲ ਦਵੋ, ਤੇ ਜੇ ਲੋੜ ਪਵੇ ਤਾਂ ਰੁਕ ਵੀ ਜਾਓ। ਅੱਧੇ ਅਗਲੇ ਕੁਸ਼ਚਨ ਨਾਲ ਇਲਸੇ ਨਿਆਲੇ ਦਾ ਫਿਗਰਾ ਤੋਂ ਲੂੰਗੋ ਲਿਓ ਤੋਂ ਸਾਦੇ ਵੀ ਨੇ ਪੋਸਤੋ ਹਿੰਦੁਸਤਾਨ ਸਾਦੀ ਚਿੰਤ ਚਿੰਗਵਾਂ ਦਾ ਮੇਤਰੀ ਤੇ ਲਾਰਿਆ ਦੀ ਸਰਵਿਸਿਓ। ਕਹਿੰਦਾ ਜੀ ਸੜਕ ਦੇ ਸਾਈਡਾਂ ਵਿੱਚ, ਆਟੋਸਟਰਾਦਾ ਦੇ ਸਾਈਡਾਂ ਵਿੱਚ ਲੱਗਾ ਹੋਏਗਾ, ਵੀ ਇਹਨੇ ਪੋਸਟ ਤੋਂ ਲੱਗਾ ਹੋਏਗਾ। ਆ ਡਿਸਟੈਂਸ ਆ ਡਿਸਟੈਂਸ ਤੇ 150 ਮੀਟਰ ਦੈਲ ਆਰਿਆ ਦੀ ਸਰਵਿਸਿਓ, ਵੀ ਆਰਿਆ ਦੀ ਸਰਵਿਸਿਓ ਤੋਂ 150 ਮੀਟਰ ਦੀ ਦੂਰੀ ਤੇ ਲੱਗੀ ਹੋਏਗੀ। ਫਾਲਸੋ, ਆਰਿਆ ਸਰਵਿਸਿਓ ਆਪਾਂ ਨੂੰ ਪਤਾ ਹੀ ਹੈ ਕੀ ਹੁੰਦਾ, ਜਿਹੜੀ ਪਹਿਲਾਂ ਵੀਡੀਓ ਆਪਾਂ ਬਣਾਈ ਸੀ ਉਹਨਾਂ ਵਿੱਚ ਆਪਾਂ ਗੱਲ ਕੀਤੀ ਸੀ ਆਰਿਆ ਸਰਵਿਸਿਓ ਦੀ। ਸੋ ਇਹ ਫਾਲਸੋ ਇਲਸੀ ਨੇ ਜਿਹੜਾ ਫਿਗੂਰਾ ਤੋਂ ਪ੍ਰਣੂੰ ਜਾਦੀ ਆ ਰਿਸਤਾ ਸੀ ਪ੍ਰੀਮਾ ਦੀ ਮੈਂ ਨਿਆਰੇ ਇੰਕਲੋਜੋ। ਕਹਿੰਦਾ ਜੀ ਪ੍ਰੈਲ ਜਿਹੜੀ ਦੱਸਦੀ ਪਈ ਹੈ ਕਿ ਰੁਕੋ ਪਹਿਲਾਂ, ਕਿ ਤੁਸੀਂ ਬਿਜ਼ੀ ਕਰ ਦਿਓ ਇੰਕਰੋਚੋ ਨੂੰ, ਮਤਲਬ ਕਹਿੰਦਾ ਤੁਸੀਂ ਰੁਕ ਜਾਓ ਤੇ ਫਿਰ ਅੱਗੇ ਵਧੋ। ਪਰ ਨਹੀਂ ਜੀ, ਇਹ ਕਹਿੰਦੀ ਤੁਸੀਂ ਹੱਕ ਦੇਣਾ ਦੂਜੇ ਨੂੰ ਤੇ ਫਿਰ ਅੱਗੇ ਵਧੋ। ਇਸ ਕਰਕੇ ਇਹ ਪਹਿਲਾਂ ਜਿਹੜੀ ਆ ਆਪਾਂ ਨੂੰ ਰੁਕਣ ਦਾ ਹੁਕਮ ਨਹੀਂ ਦਿੰਦੀ ਹੈਗੀ, ਇਹ ਕਹਿੰਦੀ ਵੀ ਜੇ ਕਿ ਚੈੱਕ ਕਰੋ ਜੇ ਲੋੜ ਪਵੇ ਤਾਂ ਰੁਕੋ, ਹੌਲੀ ਹੋ ਜਾਓ ਜੇ ਲੋੜ ਪਵੇ ਤਾਂ ਰੁਕੋ, ਨਹੀਂ ਤੇ ਰਹਿਣ ਦਿਓ। ਵਧਿਆਂਗੇ ਇਲਸੇ ਨੇ ਦਾ ਫਿਗਰ ਆ ਤੁਸੀਂ ਤਰੋ ਬਸ ਸੋਲੋ ਸੂਓ ਤੋਂ ਸਾਰੇ ਐਕਸਟਰੋਬਾ ਨੇ, ਕਹਿੰਦਾ ਤੁਹਾਨੂੰ ਸਿਰਫ ਐਕਸਟਰੋਬਾ ਵਾਲੀ ਸੜਕਾਂ ਤੇ ਮਿਲੇਗੀ। ਫਾਲਸੋ, ਇਹ ਤੁਹਾਨੂੰ ਹਰ ਇੰਕਰੋਚ ਤੇ ਮਿਲ ਸਕਦੀ ਹੈ। ਵਧਿਆਂ ਜੀ ਅੱਗੇ 226 ਕੰਪਲੀਟ, 227 ਨੰਬਰ ਪੇਜ ਤੇ ਸੀਨੀਅਰ ਵਾਲੇ ਦੀ ਪ੍ਰਿਆਵੀਜ਼ੋ ਦੀ ਦਾਰੇ ਪ੍ਰਚਦਿਨ ਸਾ। ਉਹਨੇ ਪ੍ਰਿਆਵੀਜ਼ੋ ਆ ਗਿਆ ਕਿਉਂਕਿ 320 ਮੀਟਰ ਪਹਿਲਾਂ ਦੱਸਦਾ ਪਿਆ, ਸੂਚਨਾ ਦੇਣ ਦੇ ਆਪਾਂ ਨੂੰ ਕਿ ਹਾਂਜੀ ਵੀ ਇੱਥੇ ਆਪਾਂ ਨੂੰ ਰੁਕਣਾ ਪੈਣਾ, ਵੀ ਇੱਥੇ ਆਪਾਂ ਨੂੰ ਪਹਿਲ ਦੇਣੀ ਪੈਣੀ। ਵਧਿਆਂ ਜੀ ਪਹਿਲੇ ਕੁਸ਼ਚਨ ਨਾਲ ਇਲ ਸੀਨੀਅਰ ਦਾ ਫਿਗਰ ਆ ਤੇ ਹਮ ਸੀਨੀਅਰ ਦੀ ਪ੍ਰਿਸਟ੍ਰਿਸੀ ਉਹਨੇ ਕਹਿੰਦਾ ਜੀ ਪਾਬੰਦੀ ਦਾ ਨਿਸ਼ਾਨ ਹੈ। ਹਾਂਜੀ ਵੀਰੋ, ਇਲ ਸੀਨੀਅਰ ਦਾ ਫਿਗਰ ਆ ਤੇ ਅਨਪ੍ਰਿਆਵੀਜ਼ੋ ਦੀ ਦਾਰੇ ਪ੍ਰਚਦਿਨ ਸਾ ਸੀ ਆ ਅਦਾ ਇਸ ਤਰ੍ਹਾਂ ਕਿਸ ਨਿਸ ਤਰ੍ਹਾਂ। ਕਹਿੰਦਾ ਜੀ ਸੂਚਨਾ ਦੇਣ ਦੇ ਕਿ ਤੁਹਾਨੂੰ ਪਹਿਲ ਦੇਣੀ ਪੈਣੀ ਜੀ ਸੱਜੇ ਪਾਸੇ ਤੇ ਖੱਬੇ ਪਾਸੇ। ਵੀਰੋ ਇਲ ਸੀਨੀਅਰ ਦਾ ਫਿਗਰ ਆ ਤੇ ਪ੍ਰਣੂੰ ਚਲਾ ਸੁੱਚੇ ਸੀ ਵਾ ਪ੍ਰੈਜ਼ੈਂਸ ਦੀ ਹੁਣ ਸੀਨੀਅਰ ਦੀ ਦਾਰੇ ਪ੍ਰਚਦਿਨ ਸਾ। ਕਹਿੰਦਾ ਜਿਹੜੀ ਆਪਣੇ ਨਾਲ ਦੱਸਦੀ ਪਈ ਹੈ ਕਿ ਸੁੱਚੇ ਸੀ ਵਾ ਵੀ ਅੱਗੇ ਜਾ ਕੇ ਮੌਜੂਦ ਹੋ ਸਕਦਾ ਹੈ ਇੱਕ ਸੇਨੇ ਵਾਲੇ ਜਿਹੜਾ ਕਿਹਾ ਦਾਰੇ ਪ੍ਰਚਦਿਨ ਸਾ, ਇਹ ਪ੍ਰਿਆ ਵੀਜ਼ੋ ਆ, ਇਸ ਕਰਕੇ ਅੱਗੇ ਜਿਹੜਾ ਦਾਰੇ ਪ੍ਰਚਦਿਨ ਸਾ ਆਏਗਾ ਜਿਹੜਾ ਆਪਾਂ ਹੁਣ ਉਹਨੇ ਕਰਕੇ ਹਟੇ ਆ ਪ੍ਰੈਲੋ, ਮਤਲਬ ਕਹਿੰਦੀ ਚਲੀ ਪ੍ਰੈਲੋ ਇਕੱਲੀ ਆਪਾਂ ਨੂੰ ਅੱਗੇ ਮਿਲ ਸਕਦੀ ਹੈ ਇਹਦੇ ਤੋਂ ਬਿਨਾਂ, ਠੀਕ ਹੈ ਜੀ। 300 ਮੀਟਰ ਪਹਿਲਾਂ ਲੱਗੀ ਹੋਏਗੀ। ਵੀਰੋ ਇਲ ਸੇਨੇ ਵਾਲੇ ਦਾ ਫਿਗਰ ਆ ਤੋਂ ਇੰਦੀ ਕਾਲਾ ਡਿਸਟੈਂਸ ਆ ਬੈਲਿੰਗ ਕਰੋਚੋ ਇੰਕੁਈ ਦੁੱਬੀ ਆਮ ਦਾਰੇ ਪ੍ਰਚਦਿਨ ਸਾ। ਕਹਿੰਦਾ ਜੀ ਇੰਡੀਕੇਟ ਕਰਦਾ ਇੱਕ ਦੂਰੀ ਨੂੰ ਚੁਰਾਹੇ ਤੇ ਜਿੱਥੇ ਕਿ ਇੰਕੁਈ ਜਿੱਥੇ ਕਿ ਦੁੱਬੀ ਆਮ ਦਾਰੇ ਪ੍ਰਚਦਿਨ ਸਾ, ਜਿੱਥੇ ਆਪਾਂ ਨੂੰ ਪਹਿਲ ਦੇਣੀ ਪੈ ਸਕਦੀ ਹੈ। ਕਹਿੰਦਾ ਜੀ ਇੰਡੀਕੇਟ ਕਰਦਾ ਇੱਕ ਦੂਰੀ ਨੂੰ, ਦੂਰੀ ਮਤਲਬ 320 ਮੀਟਰ, ਦੈਲਿੰਗ ਕਰੋਚੋ ਵੀ ਚੌਂਕ ਤੋਂ 320 ਮੀਟਰ ਦੂਰ ਲੱਗੀ ਹੋਏਗੀ ਜਿੱਥੇ ਕਿ ਆਪਾਂ ਨੂੰ ਪਹਿਲ ਦੇਣੀ ਪੈਣੀ। ਮੇਰੋ ਵਧਦੇ ਅੱਗੇ ਜੀ ਇਲਸੇ ਨਾਲੇ ਦਾ ਫਿਗਰ ਆ ਤਾਂ ਨੂੰ ਚਦੀ ਰਾਲੇ ਤਾਰੇ ਪਰ ਪੋਤੇਰ ਸੀ ਫਿਰ ਮਾਰਸੇ ਸੇ ਚੀ ਸੋਨੋ ਵੀ ਕੋਲੀ ਚੀਪ ਜ਼ੋਨੇ ਦਾਰੇ ਪ੍ਰਚਦਿਨ ਸਾਹਿਬ। ਕਹਿੰਦਾ ਜੀ ਜਿਹੜੀ ਪਰੈਲੋ ਦੱਸਦੀ ਪਈ ਹੈ ਕਿ ਆਪਾਂ ਨੂੰ ਹੌਲੀ ਹੋਣਾ ਪੈਣਾ ਹੈ ਪਰ ਪੋਤੇਰ ਸੀ ਫਿਰ ਮਾਰੇ ਤਾਂ ਕਿ ਆਪਾਂ ਰੁਕ ਸਕੀਏ ਸੇ ਚੀ ਸੋਨੋ ਵੀ ਕੋਲੀ, ਜੇਕਰ ਉੱਥੇ ਗੱਡੀਆਂ ਹੈ ਨੇ ਕੋਈ ਬਿਜ਼ੋ ਨੇ ਦਾਰੇ ਪ੍ਰਚਦਿਨ ਸਾਹਿਬ, ਤਾਂ ਇੱਥੇ ਆਪਾਂ ਨੂੰ ਪਹਿਲ ਦੇਣੀ ਪੈਣੀ, ਠੀਕ ਹੈ ਜੀ। ਵੇਰੋ ਇਲਸੇ ਨਾਲੇ ਦਾ ਫਿਗਰ ਆ ਤੋਂ ਪੋ ਪ੍ਰਨੂੰ ਚਾਰੇ ਉਹਨੇ ਕਰੋਚੋ ਅਤੀ ਇਨਕੁਈ ਬਿਜ਼ੋ ਨੇ ਦਾਰੇ ਪ੍ਰਚਦਿਨ ਸਾਹਿਬ। ਓਕੇ ਜੀ, ਇੱਥੇ ਇੰਕਰੋਚੋ ਆ 30 ਕੀ ਹੁੰਦਾ ਹੈ ਆਪਾਂ ਹੁਣੇ ਦੇਖ ਲੈਂਦੇ ਹਾਂ। ਸੋ ਇਹ ਆ ਗਿਆ ਜੀ ਆਪਣਾ ਇੰਕਰੋਚੋ ਆ 30, ਮਤਲਬ ਕਿ ਟੀ ਸ਼ੇਪ ਬਣੀ ਹੈ, ਇੱਕ ਕਰੋੜਾ ਜਾਣ ਡਿਆ ਤੇ ਇੱਕ ਕਰੋੜਾ ਇਹਦੇ ਵਿੱਚ ਮਿਲਦਾ ਪਿਆ, ਜਾਂ ਇੱਧਰ ਜਾਏਗੀ ਗੱਡੀ ਜਾਂ ਇੱਧਰ ਜਾਏਗੀ, ਵੀ ਇੱਕ ਰੋਡ ਹੋਏਗਾ ਜਿਹੜਾ ਸਿੱਧਾ ਜਾਣ ਡਿਆ ਤੇ ਉਹਨਾਂ 'ਚ ਇੱਕ ਹੋਰ ਰੋਡ ਵਿੱਚ ਟੰਗ ਫਸਾਉਣ ਡਿਆ, ਉਹਨੀ ਲੱਤ ਫਸਾਉਣ ਡਿਆ, ਟੀ ਸ਼ੇਪ ਬਣੀ ਹੋਈ ਆ। ਸੋ ਇੱਥੇ ਹੀ ਕਹਿੰਦਾ ਜੀ ਵੀ ਜਿਹੜੀ ਆਪਣੇ ਲੋਏ ਦੱਸ ਸਕਦੀ ਹੈ ਪੋ ਪ੍ਰਣੂ ਚਾਰੇ ਵੀ ਦੱਸ ਸਕਦੀ ਹੈ ਉਹਨੇ ਇੰਕਰੋਚੋ ਆ 30 ਵੀ ਇੱਕ ਇੰਕਰੋਚ ਹੋਏਗਾ ਜਿਹੜਾ ਟੀ ਸ਼ੇਪ ਵਿੱਚ ਹੋਏਗਾ ਇਨਕੁਈ ਜਿੱਥੇ ਕਿ ਬਿਜ਼ੋਨੀਆ ਲੋੜੇ ਦਾਰੇ ਪ੍ਰਚਲਿਤ ਸਭ ਜਿੱਥੇ ਕਿ ਪਹਿਲ ਦਿੰਦੀ ਆਪਾਂ ਨੂੰ ਲੋੜ ਹੈ। ਵੇਰੋ ਵਧਿਆ ਅੱਗੇ ਇਲਸੇ ਨਾਲੇ ਦਾ ਫਿਗਰ ਆ ਤੇ ਪੋਸਤੋ ਸੂਨਾ ਸਤਰਾਲਾ ਕਿਨੋਨਾ ਦ੍ਰਿਤੋ ਦੀ ਪ੍ਰਚਲਿਤ ਸਾ। ਕਹਿੰਦਾ ਜੀ ਲੱਗਾ ਹੋ ਸਕਦਾ ਇੱਕ ਸੜਕ ਤੇ ਕਿਨੋਨਾ ਦ੍ਰਿਤੋ ਦੀ ਪ੍ਰਚਲਿਤ ਸਾ, ਜਿਹਨਾਂ ਕੋਲ ਪੈਲ ਦਾ ਹੱਕ ਨਹੀਂ ਹੈਗਾ, ਨੋਨਾ ਲਿਖਿਆ ਇੱਥੇ, ਠੀਕ ਹੈ। ਇਸ ਕਰਕੇ ਇਹ ਵੇਰੋ ਆ, ਜੇ ਨੋਨਾ ਨਹੀਂ ਹੁੰਦਾ ਤੇ ਫਾਲਸ ਹੋ ਜਾਣਾ ਸੀ। ਵਧਿਆ ਜੀ ਅੱਗੇ ਇਲਸੇ ਨਾਲੇ ਦਾ ਫਿਗਰ ਆ ਤੋਂ ਆਉਣ ਪ੍ਰਿਆਵੀਜ਼ੋ ਦੀ ਫਿਰ ਮਾਰਸੀ ਅਦਾਰੇ ਪ੍ਰਚਲਿਤ ਸਾ। ਕਹਿੰਦਾ ਜੀ ਜਿਹੜਾ ਸੀਨੇ ਦਿਖਾਇਆ ਗਿਆ ਇੱਕ ਸੂਚਨਾ ਹੈ ਵੀ ਤੁਹਾਨੂੰ ਰੁਕਣਾ ਪੈਣਾ ਤੇ ਫਿਰ ਪਹਿਲ ਦੇਣੀ ਪੈਣੀ ਹੈ। ਫਾਲਸੋ, ਆਪਾਂ ਨੂੰ ਇੱਥੇ ਰੁਕਣ ਦੀ ਲੋੜ ਨਹੀਂ ਹੈਗੀ ਜਦ ਤੱਕ ਅੱਗੇ ਗੱਡੀ ਨਹੀਂ ਆ ਰਹੀ। ਵਧਿਆ ਅੱਗੇ ਸੀਨੇ ਦਾ ਫਿਗਰ ਆ ਤੋਂ ਪ੍ਰਣੂੰ ਚੱਲਾ ਡਿਸਟੈਂਸ ਆ ਦਲ ਪ੍ਰੋਸੀਮੋ ਸੀਨੇ ਵਾਲੇ ਦੀ ਸਟੋਪ। ਕਹਿੰਦਾ ਜੀ ਡਿਸਟੈਂਸ ਦੱਸਦਾ ਪਿਆ ਜਿਹੜਾ ਕਿ ਅੱਗੇ ਆਉਣਾ ਸੀਨੇ ਵਾਲੇ ਸਟੋਪ ਦਾ, ਸਟੋਪ ਵੱਡੇ ਅਕਸ਼ਰ ਲਿਖਿਆ, ਇਸ ਕਰਕੇ ਕਿਸੇ ਪਹਿਲਾਂ ਦੀ ਗੱਲ ਹੋਈ ਹੈ, ਪਹਿਲਾਂ ਆਪਾਂ ਪਹਿਲਾਂ ਹੀ ਦੇਖ ਚੁੱਕੇ ਹਾਂ ਜੀ ਇੱਥੇ ਫਿਰ ਮਾਰਸੀ ਤੇ ਦਾਰੇ ਪ੍ਰਚਲਿਤ ਸਮ ਦਾ। ਫਾਲਸੋ,
ਇਹਨਾਂ ਇੰਡੀਕੇਟ ਕਰਦਾ ਹੈ ਇੱਕ ਦੂਰੀ ਨੂੰ, ਇੱਕ ਇਨਕਰੋਚੋ ਤੇ ਜਿੱਥੇ ਕਿ ਓਬਲੀਗਾਟੋਰੀ ਆ, ਜ਼ਰੂਰੀ ਆ ਰੁਕਣਾ। ਫਾਲਸੋ, ਆਪਾਂ ਨੂੰ ਇੱਥੇ ਜ਼ਰੂਰੀ ਨਹੀਂ ਹੈਗਾ ਰੁਕਣਾ, ਆਪਾਂ ਨੂੰ ਜਦ ਤੱਕ ਅੱਗੋਂ ਗੱਡੀ ਨਹੀਂ ਆਉਣੀ ਤਾਂ ਆਪਾਂ ਨਹੀਂ ਰੁਕਣਾ, ਆਪਾਂ ਇੱਥੇ ਸਿਰਫ ਪਹਿਲ ਦੇਣੀ ਹੈ ਅਗਲੇ ਨੂੰ। ਇਨ ਪ੍ਰੈਜੈਂਸ ਦਲ ਸਿਨੈਰੀਓ ਫਿਗਰਾ ਤੇ ਓਬਲੀਗਾਟੋਰੀ ਹੋ, ਫਿਰ ਮਾਰਸੀ ਅਲ ਪ੍ਰੋਸੀਮ ਇਨਕਰੋਚੋ। ਕਹਿੰਦਾ ਜੀ ਜਿਹੜਾ ਸਿਨੈਰੀਓ ਦੱਸਦਾ ਪਿਆ ਹੈ ਕਿ ਜ਼ਰੂਰੀ ਆ ਫਿਰ ਮਾਰਸੀ ਰੁਕਣਾ ਅਗਲੇ ਚੁਰਾਹੇ ਤੇ। ਫਾਲਸੋ, ਜਿੱਦਾਂ ਪਹਿਲਾਂ ਦੱਸ ਚੁੱਕੇ ਹਾਂ ਵੀ ਰੁਕਣਾ ਜ਼ਰੂਰੀ ਨਹੀਂ ਹੈਗਾ ਜਦ ਤੱਕ ਗੱਡੀ ਨਹੀਂ ਆਉਂਦੀ, ਤੇ ਇੱਥੇ ਹੌਲੀ ਜ਼ਰੂਰ ਹੋਣਾ ਪੈਣਾ, ਰੁਕਣ ਦੀ ਲੋੜ ਨਹੀਂ ਹੈਗੀ, ਜੇਕਰ ਗੱਡੀ ਹੈਗੀ ਤਾਂ ਤੁਹਾਨੂੰ ਰੁਕਣਾ ਪੈਣਾ। ਇਲ ਸਿਨੈਰੀਓ ਦਾ ਫਿਗੁਰਾ ਤਬਰਨ ਨੂੰ ਚਾਉਨਿੰਗ ਕਰੋ ਚੋ ਇਨ ਕੁਈ ਵਾਲੇ ਲਾ ਰੇਗੋਲਾ ਦੀ ਤਾਰੇ ਪ੍ਰੈਜੀਡੈਂਸਾ ਸੋਲਵਾ ਦਾ ਇਸ ਤਰ੍ਹਾਂ। ਕਹਿੰਦਾ ਜੀ ਇੱਕ ਚੁਰਾਹਾ ਹੈ ਜਿੱਥੇ ਕਿ ਵੈਲਿਡ ਹੈ ਰੇਗੋਲਾ, ਮਤਲਬ ਨਿਯਮ ਰੂਲ, ਇਦਾਰੇ ਪ੍ਰੈਜੀਡੈਂਸਾ ਪਹਿਲ ਦੇਣ ਦਾ ਰੂਲ ਲਾਗੂ ਹੁੰਦਾ ਹੈ। ਸੋਲਵਾ ਦਾ ਇਸ ਤਰ੍ਹਾਂ ਵੀ ਸਿਰਫ ਸੱਜੇ ਵਾਲਿਆਂ ਨੂੰ ਦੇਣਾ, ਨਹੀਂ ਜੀ ਇੱਥੇ ਸੱਜੇ ਖੱਬੇ ਦੋਨਾਂ ਨੂੰ ਦੇਣਾ, ਇਸ ਕਰਕੇ ਇਹ ਫਾਲਸੋ। ਇਲ ਸਿਨੈਰੀਓ ਦਾ ਫਿਗੁਰਾ ਤਬਰਨ ਨੂੰ ਚਲਾ ਪ੍ਰੈਜੀਡੈਂਸਾ ਜਿਨ ਸਿਮਾਫੋਰੋ ਅਤ੍ਰੈ ਲੂਚੀ 320 ਮੀਟਰੀ। ਕਹਿੰਦਾ ਜੀ ਆਪਣੇ ਵੱਲੋਂ ਦੱਸਦੀ ਪਈ ਹੈ ਕਿ ਇੱਕ ਮੌਜੂਦ ਹੋ ਸਕਦਾ ਇੱਕ ਸਮਾਫਰੋ ਕੁੰਤਰੈ ਲੂਚੀ, ਮਤਲਬ 3 ਲੈਟਾਂ ਨਾਲ 320 ਮੀਟਰ ਅੱਗੇ। ਨਹੀਂ ਜੀ ਇੱਥੇ ਸਮਾਫਰੋ ਦੀ ਨਹੀਂ ਪਹਿਲ ਦੇਣ ਦੀ ਗੱਲ ਹੋਈ, ਇਸ ਕਰਕੇ ਫਾਲਸੋ। 327 ਕੰਪਲੀਟ, ਆਪਣਾ 228 ਤੇ ਵਧਿਆ ਜੀ। ਸੋ ਆ ਗਿਆ ਜੀ ਉਹੀ ਸਵਾਲ ਸਿਨਿਆਲੇ ਦੀ, ਫਿਰ ਮਾਰਸੀ ਅਦਾਰੇ ਪ੍ਰੈਜੀਡੈਂਸਾ। ਠੀਕ ਹੈ ਜੀ, ਵੀ ਤੁਹਾਨੂੰ ਰੁਕਣਾ ਪੈਣਾ ਅਤੇ ਫਿਰ ਪਹਿਲ ਦੇਣੀ ਪੈਣੀ, ਇੱਥੇ ਰੁਕਣਾ ਜ਼ਰੂਰ ਪੈਣਾ, ਹੌਲੀ ਹੋਣ ਦੀ ਗੱਲ ਨਹੀਂ ਹੈਗੀ, ਸਿਰਫ ਰੁਕਣ ਦੀ ਗੱਲ ਹੈ ਇੱਥੇ। ਸੋ ਪਹਿਲਾ ਭਾਗ ਆ ਜੀ, ਵਧਦੇ ਹਾਂ ਪਹਿਲੇ ਕੁਸ਼ਚਨ ਨਾਲ। ਇਲ ਸਿਨਿਆਲੇ ਦਾ ਫਿਗਰਾ ਤੋਬਲੀਗਾ ਫਿਰ ਮਾਰਸੀ ਇਨ ਕੋਰਿਸਪੋਂਡੈਂਸਾ ਦਲਸਤਰੀ ਸ਼ਾਸਤਰਾ ਸਵਿਰਸਾਲੇ ਦੀ ਅਰੈਸ ਤੋਂ ਆਧਾਰੇ ਪ੍ਰੈਜੀਡੈਂਸਾ ਲਿਆਤਰੀ ਵੀਕੋਲੀ। ਹੁਣ ਇੱਥੇ ਗੱਲ ਕੀਤੀ ਕਿ ਜੇ ਸਤਰੀ ਸ਼ਾਸਤਰਾ ਸਵਿਰਸਾਲੇ, ਇਹਨੂੰ ਆਪਾਂ ਵੇਖ ਲੈਂਦੇ ਹਾਂ ਕੀ ਹੁੰਦਾ ਹੈ। ਇਹ ਹੁੰਦਾ ਜੀ ਸਤਰੀਸ਼ਾ ਤ੍ਰਾਸਵਿਰਸਾਲੇ, ਠੀਕ ਹੈ ਜੀ, ਵੀ ਇਹ ਸਤਰੀਸ਼ਨ ਕਰੋਸ ਆਪਾਂ ਨਹੀਂ ਕਰ ਸਕਦੇ, ਠੀਕ ਹੈ ਜੀ, ਇੱਥੇ ਆਪਾਂ ਨੂੰ ਰੁਕਣਾ ਹੀ ਪੈਣਾ, ਇੱਥੇ ਸਟੋਪ ਆ, ਇੱਥੇ ਆਪਾਂ ਨੂੰ ਰੁਕਣਾ ਪੈਣਾ, ਠੀਕ ਹੈ ਜੀ। ਵਧੀਆ ਕੁਸ਼ਚਨ ਨਾਲ ਕਹਿੰਦਾ ਜੀ ਓਬਲੀਗਾ ਜ਼ਰੂਰੀ ਆ ਰੁਕਣਾ ਨੇੜੇ, ਜਿਹੜਾ ਸਤਰੀਸ਼ਾ ਤ੍ਰਾਸਵਿਰਸਾਲੇ ਜਿਹੜਾ ਆਪਾਂ ਹੁਣੇ ਦੇਖਿਆ ਡੀ ਆਰ ਐਸ ਤੋਂ ਜਿੱਥੇ ਆਪਾਂ ਰੁਕਣਾ ਹੁੰਦਾ ਹੈ, ਅਧਾਰੇ ਪ੍ਰੈਜੀਡੈਂਸਾ ਵੀ ਪਹਿਲ ਦੇਣੀ ਹੈ ਦੂਜੀ ਗੱਡੀਆਂ ਨੂੰ, ਠੀਕ ਹੈ ਜੀ। ਕਹਿੰਦਾ ਉਸ ਸਤਰੀਸ਼ਨ ਦੇ ਆ ਕੇ ਆਪਾਂ ਨੂੰ ਰੁਕਣਾ ਪੈਣਾ ਅਤੇ ਦੂਸਰੇ ਨੂੰ ਪਹਿਲ ਦੇਣੀ ਪੈਣੀ। ਵੇਰੋ ਵਧਿਆ ਅਗਲੇ ਕੁਸ਼ਚਨ ਨਾਲ। ਇਲ ਸਿਨਿਆਰੇ ਦਾ ਫਿਗੁਰਾ ਤੋਂ ਇੰਪੋਨੇ ਦੀ ਰਿਸਤਾ ਸੀ ਅਦਾਰੇ ਪ੍ਰੈਜੀਡੈਂਸਾ ਪ੍ਰੀਮਾ ਦਿੰਪੇਨੀਅਰਿੰਗ ਕਰੋਚੋ। ਕਹਿੰਦਾ ਜੀ ਹੁਕਮ ਦਿੰਦਾ ਰੁਕਣ ਨੂੰ ਅਤੇ ਪਹਿਲ ਦੇਣੀ ਹੈ ਪ੍ਰੀਮਾ ਦਿੰਪੇਨੀਅਰੇ, ਮਤਲਬ ਕਿ ਇੰਕਰੋਚ ਦੇ ਵਿੱਚ ਵੜਨ ਤੋਂ ਪਹਿਲਾਂ। ਕਹਿੰਦਾ ਜੀ ਇੰਕਰੋਚੋ ਦੇ ਵਿੱਚ ਵੜਨ ਤੋਂ ਪਹਿਲਾਂ ਰੁਕ ਕੇ ਪਹਿਲ ਦੇਣੀ ਪੈਣੀ ਆਪਾਂ ਨੂੰ, ਠੀਕ ਹੈ ਜੀ। ਵੇਰੋ ਇਲ ਸਿਨਿਆਰੇ ਦਾ ਫਿਗੁਰਾ ਤੋਂ ਓਬਲੀਗਾ ਦੀ ਰਿਸਤਾ ਸੀ ਅਲ ਇੰਕਰੋਚੋ ਇਦਾਰੇ ਪ੍ਰੈਜੀਡੈਂਸਾ ਅਦੈਸਤਰਾ ਏ ਅਸਲੀ ਇਸ ਤਰ੍ਹਾਂ। ਕਹਿੰਦਾ ਜੀ ਜ਼ਰੂਰੀ ਹੈ ਰੁਕਣਾ ਚੁਰਾਹੇ ਤੇ ਅਧਾਰੇ ਪ੍ਰੈਜੀਡੈਂਸਾ ਪਹਿਲ ਦੇਣ ਲਈ ਸੱਜੇ ਪਾਸੇ ਅਤੇ ਖੱਬੇ ਪਾਸੇ ਵਾਲੀ ਗੱਡੀਆਂ ਨੂੰ। ਵੇਰੋ ਇਲ ਸਿਨਿਆਰੇ ਦਾ ਫਿਗੁਰਾ ਤੋਂ ਇੰਪੋਨੇ ਦੀ ਫਿਰ ਮਾਰਸੀ ਅਲ ਇੰਕਰੋਚੋ ਆਂਕਿਨ ਪ੍ਰੈਜੀਡੈਂਸਾ ਦੀ ਸਿਮਾਫਰੋ ਅਲੂਚੇ ਲੰਪੇ ਜਾਂਤੀ ਜਾਲਾ। ਕਹਿੰਦਾ ਜੀ ਹੁਕਮ ਦਿੰਦਾ ਰੁਕਣ ਦਾ ਚੁਰਾਹੇ ਤੇ ਆਂਕਿਨ ਪ੍ਰੈਜੀਡੈਂਸਾ, ਭਾਵੇਂ ਜੇਕਰ ਕਹਿੰਦਾ ਉੱਥੇ ਹੋਵੇ ਸਮਾਫਰੋ ਜਿਹਦੇ 'ਤੇ ਲੂਚੇ ਜਾਲਾ ਲੱਗੀ ਹੋਵੇ ਅਤੇ ਉਹ ਲੰਬੇ ਜਾਂਤੇ ਕਰਦੀ ਹੋਵੇ, ਮਤਲਬ ਜਲਦੀ ਬੁਝਦੀ ਹੋਵੇ, ਤਾਂ ਵੀ ਤੁਹਾਨੂੰ ਇੱਥੇ ਰੁਕਣਾ ਹੀ ਪੈਣਾ। ਵਧਿਆ ਅੱਗੇ ਇਲ ਸਿਨਿਆਰੇ ਦਾ ਫਿਗੁਰਾ ਤੋਂ ਓਬਲੀਗਾ ਰਿਸਤਾਰ ਸੀ ਅਲਵਾਰਕੋ ਦੋਗਾਨਾਲੇ। ਕਹਿੰਦਾ ਜੀ ਜ਼ਰੂਰੀ ਆ ਰੁਕਣਾ ਕਸਟਮ ਕਲੀਅਰੈਂਸ ਤੇ। ਆਲਸੋ ਇੱਥੇ ਅਸੀਂ ਕੋਈ ਗੱਲ ਨਹੀਂ ਹੋਈ। ਇਲ ਸਿਨਿਆਰੇ ਦਾ ਫਿਗੁਰਾ ਤੋਂ ਓਬਲੀਗਾ ਰਿਸਤਾਰ ਸੀ ਸੁਲਤਾਨ ਤੋਂ ਇਨਕਾਜ਼ੋ ਦੀ ਇਨਕਰੋਚੋ ਖੋਨਾਲਤਰੀ ਵੀਕੋਲੀ। ਕਹਿੰਦਾ ਜੀ ਜ਼ਰੂਰੀ ਆ ਰੁਕਣਾ ਸਿਰਫ ਸਿਰਫ ਕਹਿੰਦਾ ਜੇਕਰ ਉੱਥੇ ਹੋਰ ਗੱਡੀਆਂ ਹੋਣ ਤਾਂ ਇਨਕਾਜ਼ੋ ਦੀ ਇਨਕਰੋਚੋ ਖੋਨਾਲਤਰੀ ਵੀਕਲੀ, ਭਾਵੇਂ ਜੇਕਰ ਉੱਥੇ ਕਹਿੰਦਾ ਚੁਰਾਹੇ ਤੇ ਹੋਰ ਗੱਡੀਆਂ ਹੋਣ ਤਾਂ ਹੀ ਆਪਾਂ ਰੁਕਣਾ, ਨਹੀਂ ਤੇ ਨਹੀਂ ਰੁਕਣਾ। ਪਰ ਨਹੀਂ ਜੀ ਆਪਾਂ ਇੱਥੇ ਰੁਕਣਾ ਹੀ ਪੈਣਾ ਭਾਵੇਂ ਜੋ ਮਰਜ਼ੀ ਹੋ ਜੇ। ਵੇਰੋ ਇਲਸਿਨਿਆਲੇ ਦਾ ਫਿਗਰਾ ਤੋਂ ਓਬਲੀਗਾ ਅਦ ਅਰੇਸਤਾਰ ਸੀ ਪਰਦਾਰੇ ਪ੍ਰੈਜੀਡੈਂਸਾ ਸੋਲੋਈ ਵੀਕਲੀ ਪ੍ਰੋਵੀਨੀਅੰਟੀ ਆਦਿ ਇਸ ਤਰ੍ਹਾਂ। ਕਹਿੰਦਾ ਜੀ ਰੁਕਣਾ ਪੈਣਾ ਜ਼ਰੂਰੀ ਹੈ ਪਹਿਲ ਦੇਣ ਲਈ ਸਿਰਫ ਗੱਡੀਆਂ ਨੂੰ ਜਿਹੜੀਆਂ ਕਿ ਆਉਂਦੀਆਂ ਨੇ ਤੁਹਾਡੇ ਸੱਜੇ ਹੱਥੋਂ। ਫਾਲਸੋ, ਦੋਨੋਂ ਸਾਈਡ ਨੂੰ ਦੇਣੀ ਪੈਣੀ। ਇਲ ਸਿਨਿਆਲੇ ਦਾ ਫਿਗਰਾ ਤੋਂ ਇੰਪੋਨੇ ਦੀ ਰਿਸਤਾਰ ਸੀ ਪਰ ਕੇਲ ਤਰਾਂਜੀ ਤੋਂ ਅਵਿਅਤਾ ਤੋਂ ਹੁਕਮ ਦਿੰਦਾ ਰੁਕਣ ਦਾ, ਕਿਉਂਕਿ ਕਹਿੰਦਾ ਜਿਹੜਾ ਆਵਾਜਾਈ ਹੈ ਉਹ ਬੰਦ ਹੈ ਮਨਾਈ ਉਹਦੀ। ਫਾਲਸੋ, ਇਲ ਸਿਨਿਆਲੇ ਦਾ ਫਿਗਰਾ ਤੋਂ ਓਬਲੀਗਾ ਰਿਸਤਾਰ ਸੀ ਸੋਲੋ ਸੇ ਸੁਪਰਾਜੁੰਗੋ ਨੂੰ ਆਲਤਰੀ ਵੀਕੋਲੀ। ਕਹਿੰਦਾ ਜੀ ਜ਼ਰੂਰੀ ਆ ਰੁਕਣਾ ਸਿਰਫ ਕਹਿੰਦਾ ਸੇ ਸੁਪਰਾਜੁੰਗੋ ਨੂੰ ਆਲਤਰੀ ਵੀਕਲੀ, ਜੇਕਰ ਕਹਿੰਦਾ ਉੱਥੇ ਹੋਰ ਗੱਡੀਆਂ ਆਉਣ ਤਾਂ, ਮਤਲਬ ਕਿ ਚੁਰਾਹਾ ਜੇਕਰ ਬਿਜ਼ੀ ਹੋਵੇ ਹੋਰ ਗੱਡੀਆਂ ਦੇ ਨਾਲ, ਇਸ ਕਰਕੇ ਆਪਾਂ ਰੁਕਣਾ ਪੈਣਾ ਨਹੀਂ ਤਾਂ ਨਹੀਂ। ਫਾਲਸੋ, ਇੱਥੇ ਆਪਾਂ ਨੂੰ ਰੁਕਣਾ ਹੀ ਰੁਕਣਾ ਪੈਣਾ। ਵਧਦੇ ਹਾਂ ਕਿ ਜੀ ਭਾਗ ਦੂਜੇ ਵੱਲ, ਸੇਮ ਹੀ ਆ। ਇਲ ਸਿਨਿਆਲੇ ਦਾ ਫਿਗੁਰਾ ਤੋਂ ਸਿਤਰੋਵਾ ਲਿੰਕਰੋਚੋ ਕੋਰੋਨਾਸਤਰਾ ਦਾ ਕੋਂਦਰੀਤੋ ਦੀ ਪ੍ਰੈਜੀਡੈਂਸਾ। ਕਹਿੰਦਾ ਜੀ ਲੱਗਾ ਹੋਏਗਾ ਇੱਕ ਇੰਗਰੋਚੋ ਤੇ ਕੋਨੂਨਾਸਤਰਾ ਦਾ, ਇੱਕ ਸੜਕ ਤੇ ਜਿਹਦੇ ਕੋਲ ਕੋਨੂਨਾਸਤਰਾ ਦਾ ਕੋਂਦਰੀਤੋ ਦੀ ਪ੍ਰੈਜੀਡੈਂਸਾ। ਠੀਕ ਹੈ ਜੀ, ਇੱਥੇ ਸੜਕ ਦੀ ਗੱਲ ਕੀਤੀ ਵੀ ਸੜਕ ਕੋਲ ਹੱਕ ਹੈ ਪੈਲ ਦਾ, ਤੁਹਾਡੀ ਗੱਲ ਨਹੀਂ ਕਿੱਥੇ, ਤੇ ਦੂਸਰੀ ਸੜਕ ਦੀ ਗੱਲ ਕੀਤੀ ਗਈ ਹੈ। ਕਹਿੰਦਾ ਜੀ ਸਿਤਰੋਵਾ ਲਿੰਕਰੋਚੋ ਵਿਚੁਰਾਹੇ ਤੇ ਮਿਲੇਗਾ ਕੋਨੂਨਾਸਤਰਾ ਦਾ ਕੋਂਦਰੀਤੋ ਦੀ ਪ੍ਰੈਜੀਡੈਂਸਾ। ਧਿਆਨ ਨਾਲ ਪੜੋ ਇਹ ਕੁਸਚਨ, ਇੱਥੇ ਮਿਸਟੇਕ ਤੁਸੀਂ ਕਰ ਸਕਦੇ ਹੋ। ਠੀਕ ਹੈ ਜੀ, ਇੱਥੇ ਤੁਹਾਡੇ ਕੋਲ ਹੱਕ ਨਹੀਂ ਹੈਗਾ, ਦੂਸਰੇ ਕੋਲ ਹੱਕ ਹੈ। ਇੱਥੇ ਲਿਖਿਆ ਉਨਾਸਤਰਾ ਦਾ,
ਰਿਤੂ ਦੀ ਪ੍ਰੈਜੀਡੈਂਸਾ ਧਿਆਨ ਰੱਖਿਓ ਜੀ ਵੇਰੋ ਵਧਿਆ ਜਗੇ ਇਲ ਸਿਨਾਰੇ ਦਾ ਫਿਗਰਾ ਤੋ ਸਿਤਰੋਵਾ ਇੰਜੇਨਰੇ ਨੇ ਲਿੰਗਰੋ ਜੀ ਕੌਨਸਕਾਰ ਸਾ ਵਿਜ਼ਿਬਿਲਿਟਾ ਕਹਿੰਦਾ ਜੀ ਲੱਭੇਗਾ ਇੰਜੇਨਰੇ ਨੋਰਮਲੀ ਨੈਲੀ ਇੰਕਰੋਚੀ ਚੌਂਕਾਂ ਤੇ ਚੁਰਾਹਿਆਂ ਤੇ ਕੌਨਸਕਾਰ ਸਾ ਵਿਖਰਾ ਵਿਜ਼ਿਬਿਲਿਟੀ ਨਾਲ ਜਿਹੜਾ ਸੜਕ ਹੁੰਦੀ ਹੈ ਉੱਥੇ ਤੁਹਾਨੂੰ ਇਹ ਮਿਲੇਗਾ ਵੇਰੋ ਇਲ ਸਿਨਾਰੇ ਦਾ ਫਿਗਰਾ ਤੋ ਪੁਰ ਦੇ ਚੈਂਤਰੀ ਅਭਿਤਾਤੀ ਇਹ ਪ੍ਰਚਦੂਤੋ ਦੈਲ ਰਿਲਾਤੀਵੋ ਸੈਨਿਆਲੇ ਦੀ ਪ੍ਰਿਆਵੀਜ਼ੋ ਕਹਿੰਦਾ ਜੀ ਸ਼ਹਿਰ ਤੋਂ ਬਾਹਰ ਦੈਲ ਰਿਲਾਤੀਵੋ ਸੈਨਿਆਲੇ ਦੀ ਪ੍ਰਿਆਵੀਜ਼ੋ ਹੁਣ ਇੱਥੇ ਕਿਹਦੀ ਗੱਲ ਕੀਤੀ ਗਈ ਆ ਸੈਨਿਆਲੇ ਦੀ ਪ੍ਰਿਆਵੀਜ਼ੋ ਕਿਹੜਾ ਹੈ ਇਹ ਵਾਲਾ ਠੀਕ ਹੈ ਜੀ ਇਹ ਪ੍ਰਿਆਵੀਜ਼ੋ ਆ ਸੈਨਿਆਲੇ ਦੀ ਪ੍ਰਿਆਵੀਜ਼ੋ ਕਹਿੰਦਾ ਜੀ ਪਿੰਡਾਂ ਤੋਂ ਬਾਹਰ ਸੈਨਿਆਲੇ ਦੀ ਪ੍ਰਿਆਵੀਜ਼ੋ ਜਿਹੜੇ ਨੇ ਉਹ ਪਹਿਲਾਂ ਆਉਣਗੇ ਐਸਪਨੈਲੋ ਤੋਂ ਠੀਕ ਹੈ ਜੀ ਵੇਰੋ ਵਧਿਆ ਕੇ ਸੈਨਿਆਲੇ ਦਾ ਫਿਗਰਾ ਤੋਂ ਤਲੀਜ਼ਾ ਤੋਂ ਦੀ ਨੋਰਮ ਨੇ ਲਿੰਕਰੋਚੀ ਦੀ ਪਰਟੀਕੂਲਰੇ ਪਰਿਕਲੋਜ਼ਿਤਾ ਕਹਿੰਦਾ ਜੀ ਵਰਤਿਆ ਜਾਂਦਾ ਹੈ ਨੋਰਮਲੀ ਚੁਰਾਹੇ ਤੇ ਖਾਸ ਤੌਰ ਤੇ ਜਦੋਂ ਕਿ ਉੱਥੇ ਖਤਰਾ ਹੋਵੇ ਵੇਰੋ ਵਧਿਆ ਅੱਗੇ ਇਲਸੇ ਨਾਲ ਰਫੀਵਰਾ ਤੋਂ ਪੋਤਰ ਵਾਰ ਸਿੰਘ ਕੋਰਿਸਪੋਂਡੈਂਸਾ ਦੀ ਉਨ ਪਸਾਜੋ ਵਾਲੀ ਵੈਲੋ ਕਹਿੰਦਾ ਜੀ ਲੱਭ ਸਕਦੇ ਨੇ ਨੇੜੇ ਇੱਕ ਪਸਾਜੋ ਵਾਲੀ ਵੈਲੋ ਦੇ ਵੇਰੋ ਵਧਿਆ ਅੱਗੇ ਜੀ ਇਲਸੇ ਨਾਲ ਰਫੀਵਰਾ ਤੋਂ ਪ੍ਰਣੂ ਚਲੋ ਬਲੀਗੋ ਦੀ ਫਿਰ ਮਾਰਸੀ ਇਹ ਦੀ ਧਾਰੇਲਾ ਪ੍ਰੈਜੀਡੈਂਸਾ ਨਹੀਂ ਸੈਂਸ ਯੂਨਿਚੀ ਅਲ ਤਰਨਾਤੀ ਕਹਿੰਦਾ ਜੀ ਜਿਹੜਾ ਨਿਸ਼ਾਨੇ ਦੱਸਦਾ ਪਿਆ ਹੈ ਕਿ ਜ਼ਰੂਰੀ ਆ ਰੁਕਣਾ ਤੇ ਪਹਿਲ ਦੇਣੀ ਹੈ ਨਹੀਂ ਸੈਂਸ ਯੂਨਿਚ ਅਲ ਤਰਨਾਤੀ ਮਤਲਬ ਕਿ ਜਿਹੜੇ ਇੱਕ ਸਾਈਡ ਦੇ ਸੈਂਸ ਹੋਣੀ ਹੁੰਦੇ ਨੇ ਪਰ ਦੋ ਤੋਂ ਵੱਧ ਕੁਰਸੀ ਹੁੰਦੇ ਨੇ ਉਹਨਾਂ ਤੇ ਕਹਿੰਦਾ ਆਪਾਂ ਨੂੰ ਓਬਲੀਗੋ ਆ ਰੁਕਣਾ ਤੇ ਪਹਿਲ ਦੇਣੀ ਪੈਣੀ ਹੈ ਪਰ ਸੈਂਸੋਨਿਕੋ ਇਸ ਕਰਕੇ ਆਪਾਂ ਨੂੰ ਪਹਿਲ ਦੇਣ ਵਾਲੀ ਕੋਈ ਗੱਲ ਨਹੀਂ ਬੰਦੀ ਮਤਲਬ ਕਿ ਉਹਦੇ ਸਾਰੀ ਗੱਡੀ ਇੱਕੋ ਪਾਸੇ ਨੂੰ ਜਾਣੀ ਹੈ ਇਸ ਕਰਕੇ ਫਾਲਸੋ ਇਲਸੇ ਨੇੜੇ ਦਾ ਫਿਗਰ ਆ ਤੋਇਆ ਪੋਸਟ ਦਿਨੋ ਬਚਨ ਦਾ ਚਿੰਕਵਾਂ ਦਾ ਮੇਤਰੀ ਪ੍ਰੀਮਾ ਦਾ ਲਿੰਕਰੋਚ ਕਹਿੰਦਾ ਜਿਹੜਾ ਨਿਸ਼ਾਨ ਦਿਖਾਇਆ ਗਿਆ ਲੱਗਾ ਹੋਏਗਾ ਨੋਰਮਲੀ 150 ਮੀਟਰ ਪਹਿਲਾਂ ਚੁਰਾਏ ਤੋਂ ਨਹੀਂ ਜੀ ਇਹ ਚੁਰਾਏ ਦੇ ਉੱਤੇ ਲੱਗਾ ਹੁੰਦਾ ਇਸ ਕਰਕੇ ਇਹ ਫਾਲਸੋ ਆ ਵਧਿਆ ਅੱਗੇ ਇਲਸੇ ਨੇੜੇ ਦਾ ਫਿਗਰ ਆ ਤੋ ਪ੍ਰਣੁੰਚਾ ਦੀ ਅਰੇਸਤਾਰ ਸੀ ਆ ਲਿੰਕਰੋਚੋ ਆ ਕਿਸੇ ਇਲਸੇ ਮਾਫਰੋ ਅਮੇਤੇ ਲੂਚੇ ਵੇਰਦੇ ਕਹਿੰਦਾ ਜੀ ਰੁਕਣਾ ਪੈਣਾ ਚੁਰਾਹੇ ਤੇ ਭਾਵੇਂ ਜੇਕਰ ਉੱਥੇ ਸਮਾਫਰੋ ਲੱਗੀ ਹੋਵੇ ਤੇ ਉਹਦੇ ਤੇ ਲਾਈਟ ਜਿਹੜੀ ਉਹ ਵੇਰ ਦੇ ਜਗਦੀ ਹੋਵੇ ਤਾਂ ਵੀ ਉੱਥੇ ਤੁਹਾਨੂੰ ਰੁਕਣਾ ਪੈਣਾ ਹੈ ਨਹੀਂ ਜੀ ਜੇਕਰ ਹਰੀ ਲਾਈਟ ਜਗਦੀ ਹੋਵੇ ਫਿਰ ਤੁਸੀਂ ਨਿਕਲ ਸਕਦੇ ਹੋ ਓਕੇ ਜੀ ਫਾਲਸੋ ਵਧਿਆ ਅਗਲੇ ਕੁਐਸਚਨ ਨਾਲ ਇਲਸੇ ਨੇੜੇ ਦਾ ਫਿਗਰ ਆ ਤੋ ਪ੍ਰਣੁੰਚ ਚਲੋ ਬਲੀਗੋ ਦੀ ਅਰੈਸਟ ਤੋਂ ਅਦੁਮ ਪੋਸਟੋ ਦੀ ਬਲੋਕ ਸਥਿਤੀ ਤੋਂ ਦਲੀ ਔਰਗਾਨੀ ਦੀ ਪੁਲਿਸਿਆ ਕਹਿੰਦਾ ਜੀ ਜ਼ਰੂਰੀ ਆ ਰੁਕਣਾ ਇੱਕ ਜਗ੍ਹਾ ਤੇ ਜਿਹੜੀ ਬਲੋਕ ਕੀਤੀ ਹੋਈ ਹੈ ਪੁਲਿਸ ਵਾਲਿਆਂ ਵੱਲੋਂ ਠੀਕ ਹੈ ਜੀ ਮਤਲਬ ਕਿ ਇੱਕ ਜਗ੍ਹਾ ਹੈ ਜਿਹੜੀ ਪੁਲਿਸ ਵਾਲਿਆਂ ਵੱਲੋਂ ਬਲੋਕ ਕੀਤੀ ਗਈ ਹੈ ਓਕੇ ਜੀ ਇਹ ਸੀਗਾ ਜੀ ਆਪਣਾ ਅੱਜ ਦਾ ਐਪੀਸੋਡ ਵੀਡੀਓ ਨੂੰ ਐਡ ਕਰਨ ਤੋਂ ਪਹਿਲਾਂ ਨਵਾਂ ਕੁਐਸਚਨ ਤੇ ਪਿਛਲੇ ਕੁਐਸਚਨ ਦਾ ਆਨਸਰ ਓਕੇ ਜੀ ਇਹ ਸੀਗਾ ਜੀ ਆਪਣੀ ਪਿਛਲੀ ਵੀਡੀਓ ਪੁੱਛਿਆ ਗਿਆ ਸਵਾਲ ਇਲਸੇ ਨੇ ਵਾਲੇ ਦਾ ਫਿਗਰ ਆ ਤੋ ਵੀ ਤੈਲ ਤਰਾਜ ਤੋ ਅਦ ਆਉ ਤੋ ਤ੍ਰੇਨੀ ਅਦ ਆਉ ਤੋ ਆਰਟੀਕੁਲਾਤੀ ਕਹਿੰਦਾ ਜਿਹੜਾ ਸਿਨੇਰੇ ਦਿਖਾਇਆ ਗਿਆ ਹੈ ਮਨਾਈ ਕਰਦਾ ਹੈ ਆਵਾਜਾਈ ਕਰਨ ਨੂੰ ਆਉ ਤੋ ਤ੍ਰੇਣੀ ਨੂੰ ਤੇ ਆਉ ਤੋ ਆਰਟੀਕੁਲਾਤੀ ਨੂੰ ਸੋ ਇਹਦਾ ਸਹੀ ਆਨਸਰ ਸੀ ਜੀ ਵੇਰੋ ਜ਼ਿਆਦਾਤਰ ਮੈਨੂੰ ਸਹੀ ਜਵਾਬ ਹੀ ਮਿਲੇ ਨੇ ਸੋ ਲੱਗਦਾ ਵੀ ਉਮੀਦ ਕਰਦਾ ਵੀ ਸਭ ਕੁਝ ਸਿੱਖਿਆ ਜਾ ਰਿਹਾ ਹੈ ਵਧਿਆ ਅਗਲੇ ਕੁਐਸਚਨ ਦਾ ਇਹ ਜੀ ਆਪਣਾ ਅੱਜ ਦਾ ਕੁਐਸਚਨ ਇਲ ਸਿਨਿਆਲੇ ਦਾ ਫਿਗਰਾ ਤੋ ਇੰਦਿਕਾ ਉਹਨਾ ਜ਼ੋਨਾ ਦੇਸਤੀਨਾਤਾ ਅਲ ਪਰਕੇਜੋ ਕੌਨ ਇੰਪੀਏਗੋ ਦਲ ਦਿਸਕੋ ਰਾਇਓ ਠੀਕ ਹੈ ਜੀ ਇਹ ਜੀ ਆਪਣਾ ਅੱਜ ਦਾ ਕੁਐਸਚਨ ਲਾਈਕ ਸ਼ੇਅਰ ਕਰਕੇ ਸਾਡੀ ਸਪੋਰਟ ਕਰਦੇ ਰਹੋ ਤੇ ਸਬਸਕ੍ਰਾਈਬ ਜਿਹਨੇ ਵੀਡੀਓ ਨੇ ਅੱਜ ਤੱਕ ਨਹੀਂ ਕੀਤਾ ਉਹ ਕਰ ਦਿਓ ਜਿਹਨੇ ਕਰਤਾ ਉਹਨਾਂ ਦਾ ਦਿਲੋਂ ਧੰਨਵਾਦੀ ਆ ਮਿਲਾਂਗੇ ਹੁਣ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ।